ਸਤਿ ਸ਼੍ਰੀ ਅਕਾਲ ਲੋਕਾਂ ਨੂੰ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ। ਡਾਕਟਰ ਸਾਹਿਬ ਵੈਲਕਮ। ਸ਼ੁਕਰੀਆ ਪੰਗੂ ਸਾਹਿਬ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਆਪਾਂ ਜਿਸ ਅੱਜ ਵਿਸ਼ੇ ਤੇ ਗੱਲਬਾਤ ਕਰਾਂਗੇ ਉਹ ਗੱਲਬਾਤ ਹੈਗੀ ਹੈ ਕਿ ਲਗਾਤਾਰ ਗੱਲ ਚੱਲਦੀ ਹੈ ਕਿ ਵਾਤਾਵਰਨ ਬਚਾਓ। ਖਾਸ ਕਰਕੇ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਹੁਣ ਕਣਕ ਦਾ ਸੀਜ਼ਨ ਹੈ। ਕਣਕ ਦੀ ਫਸਲ ਤੋਂ ਬਾਅਦ ਤੂੜੀ ਤੋਂ ਬਾਅਦ ਜਦੋਂ ਕਣਕ ਦੇ ਨਾੜ ਨੂੰ ਅੱਗ ਲਾਈ ਜਾਂਦੀ ਹੈ ਜਿਸ ਤਰੀਕੇ ਦੇ ਨਾਲ, ਜਾਂ ਹੁਣ ਗੱਲਬਾਤ ਚੱਲ ਰਹੀ ਹੈ ਕਿ ਕਿਸਾਨ ਦੇ ਕਣਕ ਨੂੰ ਦੇ ਨਾੜ ਨੂੰ ਅੱਗ ਲਾਉਣ ਤੋਂ ਬਾਅਦ ਵੱਡੀ ਪੱਧਰ ਉੱਤੇ ਜੀਵ ਜੰਤੂਆਂ ਦਾ ਨੁਕਸਾਨ ਹੁੰਦਾ, ਉਹਦੇ ਨਾਲ ਕਿੰਨੇ ਹੀ ਦਰਖਤ ਨੇ ਜਿਹੜੇ ਉਹ ਦਰਖਤ ਨੁਕਸਾਨੇ ਜਾਂਦੇ ਨੇ। ਜਦੋਂ ਆਪਾਂ ਆਹੀ ਪੁਆਇੰਟ ਕਿਸਾਨੀ ਦੀ ਤਰਫੋਂ ਸੁਣਦੇ ਹਾਂ ਉਹ ਕਹਿੰਦੇ ਕਿ ਸਾਡੇ ਦੇ ਵਿੱਚ ਆਰਥਿਕ ਇੰਨੀ ਸਮਰੱਥਾ ਨਹੀਂ ਹੈਗੀ ਕਿ ਅਸੀਂ ਇਸ ਸਾਰੇ ਨੂੰ ਸੋਰਟ ਆਊਟ ਕਰ ਸਕੀਏ, ਇਸੇ ਕਰਕੇ ਅਸੀਂ ਸੌਖਾ ਸਮਝਦੇ ਹਾਂ ਕਿ ਅੱਗ ਲਾ ਦਿਓ ਤੇ ਅਸੀਂ ਆਪਣਾ ਕੰਮ ਜਿਹੜਾ ਹੈਗਾ ਉਹ ਨਿਬੜ ਜਾਂਦਾ। ਇਹ ਤਾਂ ਕੁਛ ਇੱਦਾਂ ਦੀ ਗੱਲਾਂ ਹੋ ਗਈਆਂ ਜਿਵੇਂ ਆਪਾਂ ਸੱਥ ਦੇ ਵਿੱਚ ਬੈਠ ਕੇ ਗੱਲਾਂ ਕਰ ਲੈਂਦੇ ਹਾਂ, ਪਰ ਕਿਸੇ ਵੀ ਪ੍ਰੋਬਲਮ ਨੂੰ ਸਮਝੇ ਬਿਨਾਂ, ਕਿਸੇ ਵੀ ਸਮੱਸਿਆ ਨੂੰ ਜਾਣੇ ਬਿਨਾਂ ਉਸ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ। ਸਮੱਸਿਆ ਕੀ ਹੈ, ਕਿਵੇਂ ਇਹਦੇ ਦਾ ਹੱਲ ਹੋ ਸਕਦਾ, ਤੁਹਾਡੇ ਤੋਂ ਅੱਜ ਅਸੀਂ ਇਹ ਗੱਲਬਾਤ ਕਰਾਂਗੇ। ਜਿਹੜਾ ਆਹ ਗੱਲਬਾਤ ਹੈ ਕਿ ਨਾੜ ਨੂੰ ਅੱਗ ਲਾਉਣਾ ਜਾਂ ਝੋਨੇ ਦੀ ਪਰਾਲੀ ਨੂੰ ਸਾੜਿਆ ਜਾਣਾ, ਫਿਰ ਇਹਦਾ ਧੂੰਆਂ ਦਿੱਲੀ ਵਿੱਚ ਚਲਿਆ ਜਾਂਦਾ, ਹਰਿਆਣੇ 'ਚ ਚਲਿਆ ਜਾਂਦਾ, ਵੱਡੇ ਪੱਧਰ ਉੱਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਦੀਆਂ ਨੇ ਆਹ ਚੀਜ਼ਾਂ, ਖਾਸ ਕਰਕੇ ਕਿਸਾਨੀ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ, ਹਿਊਮਨ ਜਿਹੜੀ ਸਾਡੇ ਹੈਗੇ ਨੇ ਵੱਡੇ ਪੱਧਰ ਉੱਤੇ ਨੁਕਸਾਨਿਆ ਜਾਂਦਾ। ਤੁਸੀਂ ਕਿਸ ਫਰੇਮ ਦੇ ਵਿੱਚ ਸਾਰੇ ਇਸ ਅਹਿਮ ਘਟਨਾਕ੍ਰਮ ਨੂੰ ਡਾਕਟਰ ਸਾਹਿਬ ਦੇਖਦੇ ਹੋ? ਪੰਗੂ ਸਾਹਿਬ, ਇਹਦੇ ਬਾਰੇ ਨਾ ਦੋ ਤਿੰਨ ਮਿਥਸ ਨੇ ਜਿਹੜੀਆਂ ਬਹੁਤ ਭਰਮ ਨੇ ਜਿਹੜੇ ਉਹ ਮੇਰਾ ਖਿਆਲ ਹੈ ਪਹਿਲਾਂ ਸਮਝ ਲੈਣੇ ਚਾਹੀਦੇ ਨੇ। ਇੱਕ ਤਾਂ ਇਹ ਹੈ ਕਿ ਮਤਲਬ ਇਹ ਕਿਹਾ ਜਾਂਦਾ ਹੈ ਕਿ ਜੀ ਕਿਸਾਨ ਨੇ ਜਿਹੜੇ ਵੀ ਸ਼ਾਇਦ ਉਹ ਸੀਰੀਅਸ ਨਹੀਂ ਹਨ ਜਾਂ ਐਵੇਂ ਝਮਲਾਟ ਦੇ ਵਿੱਚ ਜਾਂ ਪਤਾ ਨਹੀਂ ਕਿਸ ਗੱਲ ਦੇ ਵਿੱਚ ਕਰ ਰਹੇ ਨੇ, ਇਹ ਗੱਲ ਨਹੀਂ ਹੈ। ਕਿਸਾਨਾਂ ਦੀ ਇੱਕ ਪੱਧਰ ਦੇ ਉੱਪਰ ਮਜਬੂਰੀ ਹੈ। ਦੂਜੀ ਚੀਜ਼ ਜਿਹੜੀ ਇਹ ਸਮਝ ਲਈ ਜਾਂਦੀ ਹੈ ਕਿ ਜੀ ਬਹੁਤ ਇਹ ਐਡੀ ਵੱਡੀ ਮਜਬੂਰੀ ਹੈ, ਦੂਰ ਹੀ ਨਹੀਂ ਹੋ ਸਕਦੀ, ਇਹ ਵੀ ਬਿਲਕੁਲ ਗਲਤ ਗੱਲ ਹੈ। ਇਹਨੂੰ ਥੋੜ੍ਹਾ ਜਿਹਾ ਬਰੀਕੀ ਦੇ ਵਿੱਚ ਜੇ ਆਪਾਂ ਸਮਝੀਏ, ਮੈਂ ਤੁਹਾਨੂੰ ਦੱਸਦਾ ਕਿ ਅਸੀਂ ਮੈਂ ਇਸ ਗੱਲ ਦੇ ਉੱਪਰ 10-12 ਸਾਲ ਪਹਿਲਾਂ ਇੱਕ ਲੜਕੀ ਨੇ ਸਾਡੇ ਇੱਥੇ ਮੇਰੇ ਨਾਲ ਰਿਸਰਚ ਕੀਤੀ ਸੀ। ਸਾਨੂੰ ਇਹ ਭੁਲੇਖਾ ਸੀਗਾ ਕਿ ਕਿਸਾਨਾਂ ਨੂੰ ਸ਼ਾਇਦ ਸਮਝ ਨਹੀਂ ਹੈ, ਉਹ ਐਵੇਂ ਅਣਜਾਣਪਣੇ ਦੇ ਵਿੱਚ ਸ਼ਾਇਦ ਅੱਗ ਲਾ ਦਿੰਦੇ ਨੇ, ਅਣਜਾਣਪਣੇ 'ਚ ਦਵਾਈਆਂ ਛਿੜਕੀ ਜਾਂਦੇ ਨੇ, ਉਹਨਾਂ ਨੂੰ ਸਮਝ ਨਹੀਂ, ਇਸ ਕਰਕੇ ਨੁਕਸਾਨ ਹੋ ਰਿਹਾ। ਅਸੀਂ ਜਦੋਂ ਰਿਸਰਚ ਕਰੀ ਆ, ਬਲਵੇੜੇ ਦਾ ਏਰੀਆ ਸੀਗਾ ਸਮਾਣੇ ਦਾ ਜਿਹੜਾ ਲਿਆ, 25-30 ਪਿੰਡਾਂ ਦੀ ਸਟੱਡੀ ਸੀਗੀ, ਉਹ ਕਿਸਾਨਾਂ ਨੂੰ ਬਿਲਕੁਲ ਪਤਾ ਹੈ ਕਿ ਜ਼ਹਿਰੀਲੀਆਂ ਦਵਾਈਆਂ ਦਾ ਵੀ ਨੁਕਸਾਨ ਹੁੰਦਾ, ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅੱਗ ਲਾਉਣ ਦੇ ਨਾਲ ਇਨਵਾਇਰਮੈਂਟ ਦਾ ਨੁਕਸਾਨ ਹੁੰਦਾ, ਪਸ਼ੂ ਪੰਛੀ ਮਰਦੇ ਨੇ, ਸਾਹ ਦੀਆਂ ਬਿਮਾਰੀਆਂ ਲੱਗਦੀਆਂ ਨੇ, ਸਭ ਪਤਾ ਹੈ ਉਹਨਾਂ ਨੂੰ। ਫਿਰ ਕਰਦੇ ਕਿਉਂ ਨੇ? ਕਰਦੇ ਇਸ ਕਰਕੇ ਨੇ ਕਿ ਜਿਹੜੀ ਗੱਲ ਨੂੰ ਅਸੀਂ ਐਡਰੈਸ ਨਹੀਂ ਹੁੰਦੇ, ਨਾ ਸਾਡੇ ਐਕਸਪਰਟ, ਨਾ ਸਾਡੀਆਂ ਸਰਕਾਰਾਂ, ਕਿ ਜਿਹੜਾ ਅਸੀਂ ਡਿਵੈਲਪਮੈਂਟ ਦਾ ਮਾਡਲ ਫੜਿਆ ਹੋਇਆ, ਬੇਸਿਕਲੀ ਇਹ ਬਹੁਤ ਵੱਡਾ ਟਰੈਪ ਹੈ, ਫੰਦਾ ਹੈ ਇੰਡਸਟਰੀਅਲ ਵੀ, ਅਤੇ ਉਹਦਾ ਇੱਕ ਹਿੱਸਾ ਉਹਦੀ ਅਸੀਂ ਮਤਲਬ ਇੱਕ ਕਿਸਮ ਦੀ ਪੂੰਛ ਬਣਾ ਦਿੱਤਾ ਐਗਰੀਕਲਚਰ ਨੂੰ, ਪਿੰਡ ਨੂੰ ਅਸੀਂ ਸ਼ਹਿਰ ਦੀ ਪੂੰਛ ਬਣਾ ਦਿੱਤਾ, ਐਗਰੀਕਲਚਰ ਨੂੰ ਇੰਡਸਟਰੀ ਦੀ ਬਣਾ ਦਿੱਤਾ ਸੀ, ਇਹ ਉਹਦੇ ਸਿੱਟੇ ਨੇ ਅਸਲ ਦੇ ਵਿੱਚ। 60s ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਅਸੀਂ ਜਦੋਂ ਛੋਟੇ ਸੀਗੇ, ਜਦੋਂ ਜੇ ਗ੍ਰੀਨ ਰੈਵੋਲੂਸ਼ਨ ਨਹੀਂ ਸੀ ਆਇਆ, ਸਾਡਾ ਜਿਹੜਾ ਸੰਗਰਾਲੇ ਦਾ ਇਲਾਕਾ, ਇੱਥੇ ਮੂੰਗਫਲੀ ਲਈ ਮੰਨਿਆ ਜਾਂਦਾ ਸੀ, ਪਰ ਮੂੰਗਫਲੀ ਬਹੁਤ ਹੁੰਦੀ ਸੀ, ਬੀਜ ਦਿੰਦੇ ਸੀ, ਯਾਰ ਬਹੁਤ ਜ਼ਿਆਦਾ ਲੰਬਾ ਚੌੜਾ ਕੰਮ ਨਹੀਂ ਸੀ, ਉਹ ਤੋਂ ਬਾਅਦ ਕਣਕ ਬੀਜੀ ਜਾਂਦੀ ਸੀ। ਹੌਲੀ ਹੌਲੀ ਮੇਰੇ ਦੇਖਦੇ ਦੇਖਦੇ ਮੂੰਗਫਲੀ ਗਾਇਬ ਹੋ ਗਈ, ਉਹ ਜੋ ਤਿਲ ਬੀਜਦੇ ਸੀ ਉਹ ਗਾਇਬ ਹੋ ਗਏ, ਗੁਆਰਾ ਗਾਇਬ ਹੋ ਗਿਆ। ਗ੍ਰੀਨ ਰੈਵੋਲੂਸ਼ਨ ਦਾ ਮਤਲਬ ਇਹ ਨਿਕਲਿਆ ਸਿੱਟਾ ਕਿ ਕਣਕ ਤੇ ਜੀਰੀ ਅੱਜ ਦੀ ਡੇਟ ਦੇ ਵਿੱਚ ਜੀਰੀ ਦੇ ਅੰਡਰ 87%, ਮੈਂ ਤੁਹਾਨੂੰ 10 ਸਾਲ ਪੁਰਾਣਾ ਡਾਟਾ ਦੇ ਰਿਹਾ, 87% ਰਕਬਾ ਸਾਡਾ ਜਿਹੜਾ ਕਲਟੀਵੇਟਡ ਹੈ, 92% ਕਣਕ ਦੇ ਹੇਠ ਹੈ, ਬਾਕੀ ਸਾਰੀਆਂ ਹੌਲੀ ਹੌਲੀ ਚੀਜ਼ਾਂ ਖਤਮ ਹੋ ਗਈਆਂ। ਕਿਉਂ ਖਤਮ ਹੋਈਆਂ? ਉਹ ਇਸ ਕਰਕੇ ਖਤਮ ਹੋਈਆਂ ਕਿ ਉਹ ਵਿਕਦੀਆਂ ਨਹੀਂ ਹਨ, ਉਹਨਾਂ 'ਚੋਂ ਕੋਈ ਮੁਨਾਫ਼ਾ ਨਹੀਂ ਹੁੰਦਾ, ਕਿਸਾਨ ਹੈ ਜਿਹੜਾ ਉਹਨੂੰ ਇਹ ਚੀਜ਼ਾਂ ਨੇ ਜਿਹੜੀਆਂ ਦੋਨੇ ਹੀ ਫਸਲਾਂ, ਇਹਨਾਂ ਦੀ ਸਟੋਰੇਜ ਵੀ ਹੋ ਸਕਦੀ ਹੈ, ਇਹਨਾਂ ਦੀ ਮਾਰਕੀਟਿੰਗ ਵੀ ਹੋ ਸਕਦੀ ਹੈ, ਇਹਨਾਂ ਦੋਨਾਂ 'ਤੇ MSP ਹੈ। ਅੱਜ ਤੁਸੀਂ ਇਹਨਾਂ ਦੋਨਾਂ 'ਤੇ MSP ਕਰ ਦਿਓ, ਅਗਲੇ ਸਾਲ ਕਿਸੇ ਨੇ ਨਹੀਂ ਵਿਕਣੀ। ਮਾਰਕੀਟ ਤੇ ਸਟੇਟ ਹੌਲੀ ਹੌਲੀ ਇੱਕ ਟਰੈਪ ਬਣਾ ਲੈਂਦੀ ਹੈ। ਅੰਗਰੇਜ਼ਾਂ ਦੇ ਟਾਈਮ ਵੀ ਸੀਗਾ, ਸਾਨੂੰ ਲੱਗਦਾ ਹੁੰਦਾ ਵੀ ਕਿਸਾਨ ਆਜ਼ਾਦ ਹੈ, ਆਰਾਮ ਨਾਲ ਖੇਤੀ ਕਰ ਰਿਹਾ, ਨਹੀਂ ਆਜ਼ਾਦ ਨਹੀਂ ਹੈ, ਇਨਡਾਇਰੈਕਟਲੀ ਉਹ ਕੰਟਰੋਲਡ ਹੁੰਦਾ। ਇਹ ਫਸਲਾਂ ਭਿਜਵਾਈਆਂ ਜਾ ਰਹੀਆਂ ਨੇ, ਜੈ ਜਵਾਨ ਜੈ ਕਿਸਾਨ ਦਾ ਜਦੋਂ ਨਾਰਾ ਲਾਇਆ ਗਿਆ ਸੀ, ਉਹ ਇਸ ਕਰਕੇ ਹੀ ਲਾਇਆ ਗਿਆ ਸੀ ਕਿਉਂਕਿ ਫੂਡ ਕ੍ਰਾਈਸਿਸ ਬੜਾ ਵੱਡਾ ਸੀ,
ਉਹਦੇ ਰਿਸਪੋਂਸ ਦੇ ਤੌਰ ਤੇ ਬਾਹਰਲੇ ਮਾਡਲ ਅਸੀਂ ਲਿਆਂਦਾ, ਗ੍ਰੀਨ ਰੈਵੋਲੂਸ਼ਨ ਕੀਤਾ। ਗ੍ਰੀਨ ਰੈਵੋਲੂਸ਼ਨ ਦਾ ਸਿੱਟਾ ਇਹ ਨਿਕਲਿਆ ਕਿ ਜਿਹੜੀ ਸਾਡੀ ਫਸਲ ਨਹੀਂ ਸੀ, ਨਾ ਸਾਡੇ ਇੱਥੇ ਅਸੀਂ ਚੌਲ ਜ਼ਿਆਦਾ ਖਾਂਦੇ ਹਾਂ, ਅਸੀਂ ਜੀਰੀ ਇੱਥੇ ਲਾਈ ਜਿਹੜੀ ਕਿ ਬਾਕੀਆਂ ਨੂੰ ਜ਼ਰੂਰਤ ਸੀ, ਮਾਰਕੀਟ ਨੂੰ ਜ਼ਰੂਰਤ ਸੀ, ਸਟੇਟ ਨੂੰ ਜ਼ਰੂਰਤ ਸੀਗੀ। ਉਹਨੇ ਸਾਡਾ ਸਾਰੇ ਦਾ ਸਾਰਾ ਪਾਣੀ ਸੜਾ ਲਿਆ। 1500 ਟਿਊਬਵੈਲ ਸੀਗੇ 1960 ਦੇ ਵਿੱਚ, 1,00,000 ਹੈਕਟੇਅਰ ਦੀ ਪਿੱਛੇ। ਮੁੜ ਕੇ ਉਹ 86 ਦੇ ਵਿੱਚ 10,000 ਹੋ ਗਏ ਸੀ 1500 ਤੋਂ। ਸਾਰਾ ਪਾਣੀ ਨਹਿਰਾਂ ਦਾ, ਸਾਰਾ ਖੂਹਾਂ ਦੀ ਜਿਹੜੀ ਸਿੰਜਾਈ ਸੀ ਉਹ ਖਤਮ ਹੋ ਗਈ। ਜਿਹੜੀ ਰੇਨ ਵਾਟਰ ਮਾੜਾ ਮੋਟਾ ਆਟੋਮੈਟਿਕਲੀ ਹਾਰਵੈਸਟਿੰਗ ਹੋ ਜਾਂਦੀ ਸੀ ਪਿੰਡਾਂ 'ਚੋਂ, ਟੋਭੇ ਗਾਇਬ ਹੋ ਗਏ, ਲੋਕਾਂ ਨੇ ਕੋਠਿਆਂ 'ਤੇ ਫਸਲਾਂ ਬੀਜਣ ਵਰਗੀ ਪੋਜੀਸ਼ਨ ਕਰ ਲਈ। ਹੋਇਆ ਇਹ ਕਿ ਇਕਦਮ ਜਦ ਗ੍ਰੀਨ ਰੈਵੋਲੂਸ਼ਨ ਆਇਆ, ਹਾਈ ਜੀਲਡਿੰਗ ਵਰਾਇਟੀਜ਼ ਆਈਆਂ, ਤਾਂ ਇਕਦਮ ਕਿਸਾਨ ਥੋੜ੍ਹੇ ਜਿਹੇ ਅਮੀਰ ਵੀ ਹੋਏ, ਉਹਨਾਂ ਦੀ ਜ਼ਿੰਦਗੀ ਦਾ ਪੱਧਰ ਥੋੜ੍ਹਾ ਜਿਹਾ ਉੱਚਾ ਵੀ ਹੋਇਆ। ਉਹਨਾਂ ਦੇ ਖਰਚੇ ਵੀ ਮਾਰਕੀਟ ਡਿਕਟੇਟ ਕਰਾਉਂਦੀ ਹੈ ਕਿ ਉਹ ਕਿਹੜੇ ਕਿਹੜਾ ਟਰੈਕਟਰ ਲੈਣ, ਕੀ ਕਰਨ, ਉਹ ਕਿੱਥੇ ਮਤਲਬ ਕਿਹੜੀ ਚੀਜ਼ ਕਿੱਦਾਂ ਦੇ ਸਪੀਕਰ ਲਾਉਣ ਟਰੈਕਟਰ ਦੇ ਉੱਪਰ, ਇਹ ਵੀ ਮਾਰਕੀਟ 'ਚ ਆਉਂਦਾ ਅਸਲ ਦੇ ਵਿੱਚ। ਜਦੋਂ ਇੱਕ ਉਸ ਟ੍ਰੈਪ ਦੇ ਵਿੱਚ ਫਸ ਗਏ, ਇਨਕਮ ਥੱਲੇ ਜਾਣੀ ਸ਼ੁਰੂ ਹੋ ਗਈ, ਕਿਉਂਕਿ ਜਾਣੀ ਹੀ ਸੀ। ਜਦੋਂ ਤੁਹਾਡੀ ਇਨਪੁੱਟ ਵੀ ਮਾਰਕੀਟ ਦੇ ਵਿੱਚ ਕੋਈ ਹੋਰ ਤੈਅ ਕਰ ਰਿਹਾ, ਜਦੋਂ ਤੁਹਾਡੀ ਆਊਟਪੁੱਟ ਦਾ ਵੀ ਰੇਟ ਕੋਈ ਹੋਰ ਤੈਅ ਕਰ ਰਿਹਾ, ਤੁਸੀਂ ਭੁੱਖੇ ਨੰਗੇ ਅਤੇ ਗਰੀਬ ਹੀ ਰਹਿਣਾ, ਕਿਉਂਕਿ ਤੁਹਾਡਾ ਬਰਾਬਰ ਦਾ ਰਿਸ਼ਤਾ ਹੀ ਨਹੀਂ ਹੈ। ਮੋਚੀ ਵੀ ਜੇ ਪਾਲਿਸ਼ ਕਰਦਾ, ਉਹ ਵੀ ਦੱਸਦਾ ਹੈ ਕਿ ਭਾਈ ਪਾਲਿਸ਼ ਕਰਨ ਦੇ ਇੰਨੇ ਪੈਸੇ ਲਾਊਂਗਾ ਮੈਂ। ਸਿਰਫ ਕਿਸਾਨ ਨਹੀਂ ਦੱਸ ਸਕਦਾ ਉਹਨੇ ਕਿੰਨੇ ਦੀ ਕੋਈ ਚੀਜ਼ ਵੇਚਣੀ ਹੈ। ਸੋ ਇੱਥੇ ਆ ਕੇ ਕਿਸਾਨੀ ਹੈ ਜਿਹੜੀ, ਉਹਦੇ ਮਨ ਦੇ ਵਿੱਚ ਸਟੇਟ ਪ੍ਰਤੀ, ਮਾਰਕੀਟ ਪ੍ਰਤੀ ਇੱਕ ਰੰਜਿਸ਼ ਹੋ ਜਾਂਦੀ ਹੈ, ਇਹਦੇ 'ਚੋਂ ਵੀ ਮੋਰਚੇ ਨਿਕਲਦੇ ਨੇ। ਪਰ ਇਨਵਾਇਰਮੈਂਟ ਨੂੰ ਜਿਹੜਾ ਹੱਲ ਕਰਨ ਦਾ ਮਸਲਾ ਹੈ, ਇਹ ਭੰਗੂ ਸਾਹਿਬ, ਇਹ ਲੜਾਈ ਨਾਲ ਨਹੀਂ ਹੋ ਸਕਦਾ, ਇਹ ਕੰਟੈਸਟਡ ਨਹੀਂ ਹੈ। ਇਹ ਸਾਰਿਆਂ ਦੀ ਸਾਂਝ ਦੀ ਮੰਗ ਕਰਦਾ ਹੈ ਕਿ ਇਹਦੇ 'ਚ ਸਾਰੇ ਦੇ ਸਾਰੇ ਸਿਰ ਜੋੜ ਕੇ ਥੋੜ੍ਹੀ ਥੋੜ੍ਹੀ ਕੁਰਬਾਨੀ ਵੀ ਕਰਨ। ਕਿਸਾਨ ਆਪਣੀ ਕੁਰਬਾਨੀ ਕਰਨ ਲਈ ਤਿਆਰ ਨਹੀਂ, ਉਹਨਾਂ ਕੋਲ ਤਾਂ ਫਿਰ ਹੈ ਹੀ ਨਹੀਂ ਬੜਾ ਕੁਛ ਕੁਰਬਾਨੀ ਕਰਨ ਲਈ, ਪਰ ਉਹ ਆਪਣੀ ਈਗੋ ਦੀ ਕੁਰਬਾਨੀ ਨਹੀਂ ਕਰਨਾ ਚਾਹੁੰਦੇ। ਸਰਕਾਰਾਂ ਨੇ ਜਿਹੜੀਆਂ ਉਹ ਵਾਰ ਵਾਰ ਜੀ ਅਸੀਂ 1500 ਤੁਹਾਨੂੰ ਇਹਦਾ ਦੇ ਦਾਂਗੇ, ਇਹਦਾ ਫਲਾਣਾ ਕਰ ਦਾਂਗੇ, ਟੀਮ ਕਰ ਦਾਂਗੇ, ਮਸ਼ੀਨਾਂ ਵਾਲੇ, ਮਸ਼ੀਨਾਂ ਵੇਚਣ ਵਾਲੇ ਨੇ ਜਿਹੜੇ, ਉਹ PAU 'ਚ ਸੈਮੀਨਾਰ ਕਰਾ ਕੇ ਆਪਣੀਆਂ ਮਸ਼ੀਨਾਂ ਜੀ ਅਸੀਂ ਇਕੱਠੀ ਕਰ ਦਾਂਗੇ ਜੀਰੀ ਨੂੰ, ਅਸੀਂ ਇਹਨੂੰ ਪੁੱਠੀ ਕਰ, ਸਾਨੂੰ ਜੀਰੀ ਦੀ ਜ਼ਰੂਰਤ ਨਹੀਂ ਹੈ ਪੰਜਾਬ ਦੇ ਵਿੱਚ, ਇਹਦੇ ਉੱਪਰ MSP ਬੰਦ ਕਰ ਦੇਣੀ ਚਾਹੀਦੀ ਹੈ। ਹਾਲਾਂਕਿ ਬੜੀ ਅਨਪਾਪੂਲਰ ਗੱਲ ਹੈ ਜਿਹੜੀ ਮੈਂ ਕਹਿ ਰਿਹਾ, ਬਹੁਤ ਲੋਕਾਂ ਨੂੰ ਇਸ ਗੱਲ 'ਤੇ ਗੁੱਸਾ ਵੀ ਆ ਸਕਦਾ, ਪਰ ਜਿੰਨੀ ਦੇਰ ਅਸੀਂ ਬੰਦ ਨਹੀਂ ਕਰਦੇ, ਕਿਸਾਨ ਬੀਜੋਂ ਨਹੀਂ ਹਟਣਗੇ। ਜਦੋਂ ਬੀਜਣੋਂ ਨਹੀਂ ਹਟਣਗੇ ਤਾਂ ਉਨੀ ਦੇਰ ਜਿਹੜੀ ਇਹਦੀ ਵਾਟਰ ਕੰਜਮਪਸ਼ਨ ਹੈ, ਇਹਦੀਆਂ ਜਿਹੜੀਆਂ ਹੋਰ ਅਟੈਂਡੈਂਟ ਪ੍ਰੋਬਲਮਸ ਰਹਿਣਗੀਆਂ, ਇਹਦੇ ਅਲਟਰਨੇਟਿਵ ਜਿਹੜੀਆਂ। ਪਰ ਸਾਡੀ ਤਾਂ ਇੱਕ ਵੱਡੇ ਪੱਧਰ ਉੱਤੇ ਆਹੀ ਡਿਮਾਂਡ ਹੈ ਕਿ ਜਿਹੜੀ MSP ਹੈਗੀ ਹੈ, ਸਾਡੇ 23 ਫਸਲਾਂ ਦੇ ਉੱਤੇ ਸਾਡੀ ਨੋਮੀਨੇਟ ਹੋਈ ਹੋਈ ਹੈ, ਤੇ ਦੋਵਾਂ ਤੇ ਸਾਨੂੰ ਮਿਲਦੀ ਹੈ, 21 ਫਸਲਾਂ ਤੇ ਸਾਨੂੰ MSP ਮਿਲਦੀ ਨਹੀਂ। 3 ਖੇਤੀ ਕਾਨੂੰਨਾਂ ਦਾ ਅੰਦੋਲਨ ਲੜਿਆ ਗਿਆ, ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਆਹ ਗੱਲ ਨਹੀਂ ਸੀ ਕਿ 3 ਖੇਤੀ ਕਾਨੂੰਨ ਰੱਦ ਕਰਾਓ, ਉਦੋਂ ਆਹ ਸੀ ਕਿ ਸਾਡਾ ਲਈ ਤੁਸੀਂ ਜਿਹੜੀ MSP ਦੀ ਇੱਕ ਲਾਈਨ ਹੈ, ਇਸ ਲਾਈਨ ਨੂੰ ਪੱਕੀ ਕਰ ਦਿਓ, ਵਿੱਚ ਜੋੜ ਦਿਓ, ਯਾਨੀ ਕਿ ਕਾਨੂੰਨ ਬਣਾ ਦਿਓ। ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ MSP ਤੋਂ ਹੋ, ਯਾਨੀ ਕਿ ਫਿਰ ਅਸੀਂ ਤਾਂ ਡਿਮਾਂਡ ਕਰ ਰਹੇ ਹਾਂ ਇਸ ਚੀਜ਼ ਦੀ, ਜਿਸ ਚੀਜ਼ ਨੂੰ ਆਪਾਂ ਸੰਕਟ ਗਿਣ ਰਹੇ ਹਾਂ ਕਿ ਸਾਡੇ ਲਈ ਆਹ ਚੀਜ਼ ਇੱਕ ਸੰਕਟ ਹੈ, ਪਰ ਅਸੀਂ ਕਹਿ ਰਹੇ ਹਾਂ ਕਿ ਉਸ ਸੰਕਟ ਨੂੰ ਕਾਨੂੰਨ ਬਣਾ ਦਿਓ, ਵੀ ਪੱਕਾ ਹੀ ਰਹੇ ਆ ਸੰਕਟ। ਭੰਗੂ ਸਾਹਿਬ, ਆਪਾਂ ਅਸਲ ਦੇ ਵਿੱਚ ਸਵਾਮੀਨਾਥਨ ਰਿਪੋਰਟ ਦੀ ਸਭ ਤੋਂ ਵੱਡੀ ਡਿਮਾਂਡ ਅਸੀਂ ਕਹਿੰਦੇ ਹਾਂ, ਸਵਾਮੀਨਾਥਨ ਰਿਪੋਰਟ ਲਾਗੂ ਕਰੋ। ਲਾਗੂ ਕਰੋ, ਬਿਲਕੁਲ। ਅਸੀਂ ਇਹ ਟ੍ਰੈਪ ਦੇ ਵਿੱਚ ਫਸੇ ਹੋਏ ਹਾਂ, ਸਵਾਮੀਨਾਥਨ ਰਿਪੋਰਟ ਲਾਗੂ ਵੀ ਹੋ ਜਾਵੇ, 100% ਵੀ ਹੋ ਜਾਵੇ, ਜੇ MSP ਦਾ ਕਾਨੂੰਨ ਵੀ ਬਣ ਜਾਵੇ ਤਾਂ ਵੀ ਕਿਸਾਨ ਗਰੀਬ ਹੀ ਰਹੂਗਾ, ਕਿਉਂਕਿ ਇਨਫਲੇਸ਼ਨ ਦੇ ਉੱਪਰ ਕਿਸਾਨ ਦਾ ਕੰਟਰੋਲ ਨਹੀਂ ਹੈ, ਸਮਝੋ ਨਾ ਗੱਲ ਤੁਸੀਂ। ਮੁਲਾਜ਼ਮ ਆ ਜਿਹੜੇ, ਅਸੀਂ ਮੁਲਾਜ਼ਮ ਆ, ਸਾਡੀ ਜਿਹੜੀ ਤਨਖਾਹ ਦੀ ਜਿਹੜਾ ਵਾਧਾ ਹੈ, ਜਿਹੜੀ ਇੰਕਰੀਮੈਂਟ ਲੱਗਦੀ ਹੈ, ਉਹ ਇਨਫਲੇਸ਼ਨ ਰੇਟ ਨਾਲ ਜੁੜੀ ਹੋਈ ਹੈ, ਉਹ ਗ੍ਰੇਡ ਰਿਵਾਈਜ਼ ਹੋ ਜਾਂਦੇ ਨੇ, ਕਿਸਾਨ ਦੇ ਨਹੀਂ ਰਿਵਾਈਜ਼ ਕਰਨੇ ਕਿਸੇ ਨੇ। ਉਹ ਤਾਂ ਜਿੰਨੀ ਦੇਰ ਕਿਸਾਨ ਇੰਡੀਪੈਂਡੈਂਟ ਉਦੋਂ ਹੋਊਗਾ ਜਦੋਂ ਉਹ ਮਾਰਕੀਟ ਤੋਂ ਇੰਡੀਪੈਂਡੈਂਟ ਹੋਊਗਾ। ਤੁਸੀਂ ਦੇਖੋ ਨਾ, ਪਹਿਲਾਂ ਇਨਪੁੱਟ ਕੀ ਸੀਗੀ, ਬਲਦ ਸੀਗੇ, ਘਰ ਦੀ ਐਨਰਜੀ ਸੀ, ਖੇਤੀ ਕਰਨ ਵਾਲੇ ਬੰਦੇ ਘਰ ਦੇ ਸੀਗੇ, ਖਾਦ ਹੈ ਜਿਹੜੀ ਪਸ਼ੂ ਰੱਖੇ ਹੋਏ ਸੀ ਉਹਨਾਂ ਦੀ ਹੁੰਦੀ ਸੀ, ਪਾਣੀ ਹੈ ਜਿਹੜਾ ਉਹ ਖੂਹ ਦਾ ਸੀ, ਸਾਡੀ ਮਾਰਕੀਟ 'ਤੇ ਡਿਪੈਂਡੈਂਟ ਹੈ ਜਿਹੜੀ, ਉਹ 90% ਘੱਟ ਸੀ ਹੁਣ ਨਾਲੋਂ। ਹੁਣ ਸਾਡੀ ਬਿਜਲੀ, ਡੀਜ਼ਲ, ਹੁਣ ਸਾਨੂੰ ਕਹਿੰਦੇ ਬਿਜਲੀ ਤੁਹਾਨੂੰ ਫ੍ਰੀ ਕਰਤੀ ਹੈ, ਬੇਸ਼ੱਕ ਉਹਦੇ ਟੈਕਸ ਕੌਣ ਦਿੰਦਾ ਹੈ ਜੀ, ਅਸੀਂ ਜਿਹੜੀਆਂ ਚੀਜ਼ਾਂ ਖਰੀਦਾਂਗੇ ਉਹ 'ਚ ਲੱਗ ਕੇ ਟੈਕਸ ਆ ਜਾਂਦੇ ਨੇ ਉਹਦੇ ਉੱਪਰ। ਅਸੀਂ ਮਾਰਕੀਟ ਦਾ ਇੱਕ ਬਹੁਤ ਛੋਟਾ ਜਿਹਾ ਪੁਰਜਾ ਬਣ ਚੁੱਕੇ ਹਾਂ। ਇਹਦੇ ਵਿੱਚੋਂ ਨਿਕਲਣ ਦਾ ਤਰੀਕਾ ਇੱਕੋ ਹੀ ਹੈ, ਇੱਕ ਤਾਂ ਸਾਡੀਆਂ ਜਿਹੜੀਆਂ ਬੇਫਜ਼ੂਲ ਨੀਡਸ ਨੇ, ਜਿਹੜੀਆਂ ਸਾਡੀਆਂ ਖਮਖਾ ਦੀਆਂ ਨੀਡਸ ਮਾਰਕੀਟ ਕ੍ਰੀਏਟ ਕਰ ਦਿੰਦੀ ਹੈ, ਮਤਲਬ ਜਿਹੜਾ ਲਾਈਫ ਸਟਾਈਲ ਉਹ ਇੱਦਾਂ ਦਾ ਤੁਹਾਨੂੰ ਵੇਚ ਦਿੰਦੀ ਹੈ। ਹੁਣ ਪਿੰਡਾਂ ਦੇ ਵਿੱਚ ਤਾਂ ਜਿੰਮ ਖੁੱਲ੍ਹ ਰਹੇ ਨੇ, ਮੈਨੂੰ ਇਹ ਦੱਸੋ
ਜਿਹੜਾ ਬੰਦਾ ਸਰੀਰਕ ਕਸਰਤ ਕਰਨੀ ਚਾਹੁੰਦਾ ਉਹ ਕੰਮ ਕਿਉਂ ਨਹੀਂ ਕਰ ਲੈਂਦਾ ਖੇਤ 'ਚ ਜਾ ਕੇ, ਉਹ ਕਿਸੇ ਪਾਰਕ ਦੇ ਵਿੱਚ ਜਾ ਕੇ ਗੁਡਾਈ ਕਿਉਂ ਨਹੀਂ ਕਰ ਲੈਂਦਾ, ਉੱਥੇ ਫੀਸ ਦੇ ਕੇ ਉਹ ਸਿਹਤ ਬਣਾਉਣ ਕਿਉਂ ਜਾ ਰਿਹਾ? ਇਹ ਸਾਨੂੰ ਵੇਚਿਆ ਜਾ ਰਿਹਾ ਇੱਕ ਲਾਈਫ ਸਟਾਈਲ ਕਿ ਜੀ ਸ਼ਾਹਰੁਖ ਖਾਨ ਵੀ ਇੱਦਾਂ ਹੀ ਜਿਮ 'ਚ ਜਾਂਦਾ ਹੈ, ਅਸੀਂ ਫਿਰ ਉਹਦੇ ਵਰਗੇ ਬਣਨ ਲਈ ਤੁਰ ਪੈਂਦੇ ਹਾਂ। ਜਿਹੜੀ ਜਿਹੜਾ ਐਡਵਰਟਾਈਜਮੈਂਟ ਦੇ ਉੱਪਰ ਅਰਬਾਂ ਖਰਬਾਂ ਖਰਚਿਆ ਜਾ ਰਿਹਾ, ਤੁਹਾਡਾ ਖਿਆਲ ਐਵੇਂ ਹੀ ਖਰਚਿਆ ਜਾ ਰਿਹਾ? ਸਾਡੇ ਮਾਇੰਡ ਕੰਟਰੋਲ ਕਰ ਲਏ ਨੇ ਉਹਨੇ, ਸਾਡੇ ਵੀ ਕਿਸਾਨਾਂ ਦੇ ਵੀ। ਸੋ ਇਹਦੇ ਤੋਂ ਇੱਕ ਵਾਰ ਪਿੱਛੇ ਹਟ ਕੇ ਥੋੜ੍ਹਾ ਜਿਹਾ ਦੇਖੋ। ਇੱਕ ਗੱਲ ਹੋਰ ਦੱਸੋ, ਜਿਵੇਂ ਆਪਾਂ ਸੰਕਟ ਗਿਣ ਰਹੇ ਹਾਂ ਇਹਨਾਂ ਚੀਜ਼ਾਂ ਨੂੰ, ਆਪਾਂ ਚਾਹੁੰਦੇ ਹਾਂ ਕਿ ਸਾਨੂੰ ਬੈਕ ਮੁੜਨਾ ਪੈਣਾ, ਸਾਨੂੰ ਜਿਹੜਾ ਮਾਰਕੀਟ ਦਾ ਇੱਕ ਦਾਇਰਾ ਹੈਗਾ ਵਿਸ਼ਾਲ ਦਾਇਰਾ, ਸਾਨੂੰ ਉਹਦੇ ਤੋਂ ਬਚਣਾ ਪੈਣਾ। ਹੋ ਸਕਦਾ ਜਿਹੜੇ ਕਿਸਾਨ ਆਗੂ ਨੇ ਜਾਂ ਲਗਾਤਾਰ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਨੇ, ਜਾਂ ਜਿਵੇਂ ਆਪਾਂ ਕਹਿੰਦੇ ਕਿ MSP ਦੀ ਲੜਾਈ ਲੜੀ ਗਈ ਜਾਂ ਹੁਣ ਸਵਾਮੀਨਾਥਨ ਰਿਪੋਰਟ ਦੀ ਡਿਮਾਂਡ ਹੋਊਗੀ, ਕੀ ਹੋ ਸਕਦਾ ਉਹ ਇਸ ਨਜ਼ਰੀਏ ਨਾਲ ਇਸ ਗੱਲ ਨੂੰ ਦੇਖਦੇ ਹੋਣ ਕਿ ਹੁਣ ਪਿੱਛੇ ਤਾਂ ਮੁੜਿਆ ਜਾ ਨਹੀਂ ਸਕਦਾ। ਜਿੱਥੇ ਕਿਸਾਨੀ ਇੱਕ ਸਾਦੀ ਕਿਸਾਨੀ ਸੀ, ਸਿੰਪਲ ਕਿਸਾਨੀ ਸੀ, ਖਰਚੇ ਘੱਟ ਹੋ ਜਾਣ, ਪੈਸਟੀਸਾਈਡ ਰਹਿਤ ਹੋ ਜਾਏ ਕਿਸਾਨੀ, ਸਾਰੇ ਪਰਿਵਾਰ ਦੇ ਜੀ ਕੰਮ ਕਰਨ, ਯਾਨੀ ਕਿ ਇੱਕ ਸਿੰਪਲ ਤੇ ਸਾਦਗੀ ਜ਼ਿੰਦਗੀ, ਉਹ ਜਿਹੜੀ ਅਸਲ ਲੋੜ ਹੈ ਬੰਦੇ ਦੀ, ਸਾਰੇ ਸਮਝਦੇ ਹੋਣ ਕਿ ਉੱਥੇ ਤਾਂ ਹੁਣ ਪਿੱਛੇ ਮੁੜਿਆ ਨਹੀਂ ਜਾ ਸਕਦਾ। ਜਿਹੜਾ ਸੰਕਟ ਸਾਡੇ ਕੋਲ ਹੁਣ ਆਇਆ ਹੋਇਆ, ਭਾਵੇਂ ਇਸ ਨੂੰ ਆਪਾਂ ਪੈਸਟੀਸਾਈਡ ਦਾ ਮੰਨ ਲਈਏ, ਗ੍ਰੀਨ ਰੈਵੋਲੂਸ਼ਨ ਦਾ ਇੱਕ ਵੱਡਾ ਹਿੱਸਾ ਮੰਨ ਲਈਏ, ਜਾਂ ਵਪਾਰ ਕੰਪਨੀਆਂ ਮੰਨ ਲਈਏ, ਸਿਆਸਤ ਮੰਨ ਲਈਏ, ਆਪਾਂ ਵੱਡੀ ਮੰਡੀ ਮੰਨ ਲਈਏ, ਇਹ ਹੁਣ ਜਿਹੜਾ ਸਾਡੇ ਕੋਲ ਸਿਸਟਮ ਇੱਕ ਹੈਗਾ, ਇਸੇ ਸਿਸਟਮ ਦੇ ਵਿੱਚੋਂ ਇਸੇ ਜਾਂ ਇਸੇ ਸੰਕਟ ਦੇ ਵਿੱਚੋਂ ਅਸੀਂ ਕੋਈ ਹੱਲ ਲੱਭ ਲਈਏ। ਏਦਾਂ ਹੋ ਸਕਦਾ ਹੈ ਸੰਕਟ ਦੇ ਵਿੱਚੋਂ ਹੱਲ ਲੱਭ ਰਹੇ ਹੋਣ, ਪਤਾ ਉਹਨਾਂ ਨੂੰ ਵੀ ਹੋਵੇ ਕਿ ਬਣਨਾ ਕੁਛ ਨਹੀਂ ਹੈਗਾ, ਪਰ ਅਸੀਂ ਪਿੱਛੇ ਨਹੀਂ ਮੁੜ ਸਕਦੇ, ਹੁਣ ਤਾਂ ਇੱਥੋਂ ਹੀ ਕੁਛ ਕਰਨਾ ਪੈਣਾ ਸਾਨੂੰ। ਸਰ ਗੱਲ ਤੇ ਕੀ ਹੈ ਅਸਲ ਦੇ ਵਿੱਚ, ਜਦੋਂ ਅਸੀਂ ਇੱਕ ਖਾਸ ਗਲੀ ਦੇ ਵਿੱਚ ਫਸ ਜਾਂਦੇ ਹਾਂ ਇੱਕ ਦਿਸ਼ਾ 'ਚ ਜਾਂਦੇ ਹੋਏ ਨਾ, ਅਸੀਂ ਆਊਟ ਆਫ ਬਾਕਸ ਨਹੀਂ ਸੋਚ ਸਕਦੇ ਹੁੰਦੇ। ਡਿਵੈਲਪਮੈਂਟ ਦਾ ਜਿਹੜਾ ਮਾਡਲ ਵਰਲਡ ਲੈਵਲ ਤੇ ਇੰਡਸਟਰੀਅਲ ਤੇ ਅਰਬਨ ਡਿਵੈਲਪਮੈਂਟ ਦਾ ਮਾਡਲ ਹੈ, ਫੇਲ ਹੋ ਚੁੱਕਿਆ ਹੈ। ਇੱਥੇ ਦੀ ਗੱਲ ਨਹੀਂ, ਆਪਣੇ ਯੂਰਪ ਦੇ ਵਿੱਚ ਕੀ, ਅਮਰੀਕਾ ਦੇ ਵਿੱਚ ਕੀ, ਜਿਹੜੀ ਕਿਸਾਨੀ ਹੈ ਉਹ ਫੇਲ ਹੋ ਗਈ ਹੈ। ਹੁਣ ਫੂਡ ਦੀ ਜਿਹੜੀ ਨੈਕਸਟ ਲੜਾਈ ਚੱਲ ਰਹੀ ਹੈ ਉਹ ਸਰੀਰਾਂ ਦੇ ਵਿੱਚ ਦਵਾਈਆਂ ਦੀ ਹੈ, ਜਾਂ ਫਾਰਮਾਸੂਟੀਕਲ ਅੰਪਾਇਰ ਕਬਜ਼ਾ ਕਰ ਰਿਹਾ, ਜਾਂ ਫੂਡ ਦੇ ਉੱਪਰ ਕਬਜ਼ਾ ਕਰਨਾ ਹੈ। ਬਿਲ ਗੇਟਸ ਐਵੇਂ ਨਹੀਂ ਐਡੀ ਵੱਡੀ ਜ਼ਮੀਨ ਖਰੀਦ ਰਿਹਾ, ਮਤਲਬ ਬੰਦਿਆਂ ਨੂੰ, ਹਿਊਮਨ ਬੀਂਗਸ ਨੂੰ ਜਿਹੜਾ ਡਿਵੈਲਪਮੈਂਟ ਦਾ ਮਾਡਲ ਆ ਉਹ ਸਿਰਫ ਪੁਰਜਿਆਂ ਤੱਕ ਰਿਡਿਊਸ ਕਰਨਾ ਚਾਹੁੰਦਾ ਹੈ ਕਿ ਉਹ 100% ਸਾਡੇ ਕੰਟਰੋਲ ਦੇ ਵਿੱਚ ਹੋਣ। ਇਹ ਮਾਡਲ ਹੈ ਜਿਹੜਾ ਇਹਨੇ ਢਹਿ ਜਾਣਾ ਹੈ, ਸਾਡੇ ਸਾਹਮਣੇ ਢਹਿ ਹੀ ਰਿਹਾ ਹੈ, ਕੋਰੋਨਾ ਦੇ ਦੌਰਾਨ ਢਿਹਾ ਵੀ ਹੈ। ਬਿਲਕੁਲ, ਅਸੀਂ ਲੋਕ ਅਜੇ ਬਚੇ ਹੋਏ ਹਾਂ, ਜਿਹੜੇ ਜਿਹੜੇ ਥਰਡ ਵਰਲਡ ਕੰਟਰੀਜ਼ ਦੇ ਲੋਕ ਨੇ, ਖਾਸ ਕਰਕੇ ਪੰਜਾਬ ਵਰਗੇ, ਜਿਹੜੇ ਪੇਂਡੂ ਸਭਿਅਤਾ ਵਾਲੇ ਹਰਿਆਣੇ ਵਰਗੇ, ਉਹ ਅਜੇ ਬਚੇ ਹੋਏ ਨੇ, ਅਜੇ ਉਸ ਟ੍ਰੈਪ 'ਚੋਂ ਪੂਰੀ ਤਰ੍ਹਾਂ ਨਹੀਂ ਫਸੇ। ਇਸ ਕਰਕੇ ਅਜੇ ਚਾਂਸ ਹੈਗਾ ਇਸ ਗੱਲ ਦਾ, ਜੇ ਪਿੰਡ ਲੈਵਲ ਦੇ ਉੱਪਰ ਕੋਪਰੇਟਿਵ ਐਗਰੀਕਲਚਰ ਕੀਤੀ ਜਾਵੇ, ਆਪਣੀ ਈਗੋ ਛੱਡ ਕੇ, ਆਪਣਾ ਸ਼ਰੀਕਾ ਛੱਡ ਕੇ, ਜਿਹੜਾ ਅਸੀਂ ਇੱਕ ਦੂਜੇ ਨਾਲ ਲੜ ਰਹੇ ਹਾਂ, ਖਾਮ ਖਾ ਦੀ ਐਨਰਜੀ ਜਿਹੜੀ ਅਸੀਂ ਵੇਸਟ ਕਰ ਰਹੇ ਹਾਂ, ਜੇ ਅਸੀਂ ਉਹ ਛੱਡ ਦਈਏ ਥੋੜ੍ਹੀ ਦੇਰ ਲਈ, ਤਾਂ ਕੋਈ ਮੁਸ਼ਕਿਲ ਕੰਮ ਨਹੀਂ ਹੈ। ਹੁਣ ਮੈਂ ਸਿੰਪਲ ਐਗਜ਼ਾਮਪਲ ਦਿੰਦਾ ਕਿ ਪਿੰਡ ਦੇ ਲੈਵਲ ਦੇ ਝਗੜੇ ਪਹਿਲਾਂ ਪਿੰਡ ਲੈਵਲ 'ਤੇ ਹੀ ਮਸਲੇ ਹੱਲ ਹੋ ਜਾਂਦੇ ਸੀ ਨਾ, ਹੁਣ ਅਸੀਂ ਜਾਂਦੇ ਹਾਂ ਵਕੀਲ ਕੋਲ ਤਾਂ ਉਹ ਇੱਕ ਕੇਸ ਦੇ 3 ਕੇਸ ਬਣਾ ਦਿੰਦਾ। ਆਪਾਂ ਨੂੰ ਪਤਾ, ਆਪਾਂ ਤਾਂ ਇਹ ਧੰਦਿਆਂ ਦੇ ਵਿੱਚ, ਮਤਲਬ ਸਾਡੇ ਕੋਲ ਪੜ੍ਹ ਪੜ੍ਹ ਕੇ ਵਕੀਲ ਕਿੰਨੇ ਗਏ ਨੇ ਨਾ, ਇਹਦੇ ਉੱਪਰ ਪੜ ਰਹੀਆਂ ਨੇ ਚੀਜ਼ਾਂ। ਜਦੋਂ ਸਾਨੂੰ ਅਹਿਸਾਸ ਹੋ ਜਾਊਗਾ ਇਸ ਗੱਲ ਦਾ ਕਿ ਅਸੀਂ, ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ, ਸਟੇਟ ਸਾਨੂੰ ਕੁਛ ਨਹੀਂ ਦੇ ਸਕਦੀ, ਮਾਰਕੀਟ ਸਾਨੂੰ ਕੁਛ ਨਹੀਂ ਦੇ ਸਕਦੀ, ਸਾਡੇ ਕੋਲ ਆਪਣੀ ਸਮਰੱਥਾ ਹੈਗੀ ਹੈ, ਸਾਡੇ ਲੋਕ ਇੰਨੇ ਮਿਹਨਤੀ ਨੇ, ਸਾਡੇ ਲੋਕ ਇੰਨੇ ਦਿਆਨਤਦਾਰ ਅਤੇ ਇਮਾਨਦਾਰ ਹੈਗੇ ਨੇ, ਅਸੀਂ ਛੋਟੀ ਛੋਟੀਆਂ ਗੱਲਾਂ ਪਿੱਛੇ, ਛੋਟੇ ਛੋਟੇ ਲਾਲਚਾਂ ਪਿੱਛੇ ਅਸੀਂ ਉਲਝੇ ਹੋਏ। ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਇਸ ਮਾਡਲ ਤੋਂ ਬਾਹਰ ਨਹੀਂ ਨਿਕਲੀਆਂ ਹੋਈਆਂ। MSP ਦਾ ਜਿਹੜਾ ਮਾਡਲ ਹੈ, MSP ਕਾਨੂੰਨ ਵੀ ਬਣ ਜਾਵੇ, ਮੈਂ ਤੁਹਾਨੂੰ ਦੱਸ ਦਿੰਦਾ, ਇਹ ਤਾਂ 3-4 ਸਟੇਟਾਂ ਨੇ ਆਪਣੀਆਂ, UP, ਵੈਸਟਰਨ UP ਹੈ, ਹਰਿਆਣਾ ਹੈ ਅਤੇ ਪੰਜਾਬ ਹੈ, ਜਿੱਥੇ MSP ਮਿਲਦੀ ਹੈ। ਬਾਕੀ ਥਾਵਾਂ 'ਤੇ ਤਾਂ ਕਿਸਾਨ ਦਾ ਤੁਸੀਂ ਹਾਲ ਪੁੱਛੋ ਨਾ ਜਾ ਕੇ, ਉਹ ਤਾਂ ਰੋਂਦੇ ਨੇ, ਉਹ ਤਾਂ ਕਹਿੰਦੇ ਅਸੀਂ ਇਹਨਾਂ ਵਰਗੇ ਬਣ ਜਾਈਏ ਤਾਂ ਬਹੁਤ ਹੈ। ਮਤਲਬ ਜਿਹੜੇ ਪਾਪੂਲੇਸ਼ਨ ਦੇ ਬਹੁਤ ਵੱਡੇ ਹਿੱਸੇ ਨੂੰ ਸਬ ਹਿਊਮਨ ਲੈਵਲ ਦੇ ਉੱਪਰ ਧੱਕ ਦਿੱਤਾ ਗਿਆ। ਅਫਰੀਕਾ 'ਚ ਵੀ ਇਵੇਂ ਹੀ ਹੋਇਆ। ਸੋ ਸਾਨੂੰ ਅਸੀਂ ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਗੁੰਜਾਇਸ਼, ਇਸ ਕਰਕੇ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਪੰਜਾਬ ਸਿਰਫ ਐਗਰੀਕਲਚਰ ਸਟੇਟ ਨਹੀਂ ਰਿਹਾ ਪਹਿਲਾਂ, ਇਹਨਾਂ ਦਾ ਆਪਣਾ ਰਾਜ ਵੀ ਰਿਹਾ ਇੱਥੇ ਕਿਸਾਨਾਂ ਦਾ। ਇਹਨਾਂ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ, ਅੰਗਰੇਜ਼ਾਂ ਨੂੰ ਬਹੁਤ ਜ਼ਿਆਦਾ ਝਟਕੇ ਵੀ ਦਿੱਤੇ ਨੇ, ਉਹਨਾਂ ਤੋਂ ਖੁਸ਼ਕਿਸਮਤੀ ਮੋਰਚੇ ਲਾ ਕੇ ਪਹਿਲਾਂ ਤੋਂ ਉਹਨਾਂ ਤੋਂ ਹੱਕ ਵੀ ਆਪਣੇ ਲਏ ਨੇ। ਪਰ ਇਹ ਜਿਹੜੀ ਹੋਣ ਵਾਲੀ ਲੜਾਈ ਹੈ, ਜਿਹੜੀ ਡਿਵੈਲਪਮੈਂਟ ਵਾਲੀ ਲੜਾਈ ਹੈ, ਇਨਵਾਇਰਮੈਂਟ ਦੇ ਲਈ ਲੜਾਈ ਹੈ, ਇਹ ਅਸੀਂ ਉਹਨਾਂ ਤੋਂ ਮੰਗ ਕੇ ਨਹੀਂ ਕਰ ਸਕਦੇ ਕੁਛ। ਉਦਾਂ ਦੀ ਗੱਲ ਹੈ ਕਿ ਜਿਵੇਂ ਤੁਸੀਂ ਜ਼ਹਿਰ ਦੇਣ ਵਾਲੇ ਬੰਦੇ ਤੋਂ ਮੰਗ ਕਰੋ ਵੀ ਜ਼ਹਿਰ ਸਾਨੂੰ ਥੋੜ੍ਹੀ ਥੋੜ੍ਹੀ ਕਰਕੇ ਦੇ, ਇਸ ਤਰ੍ਹਾਂ ਨਹੀਂ ਨਹੀਂ ਇਹ ਕੰਮ ਚੱਲਣਾ ਹੈ, ਇਹਨੂੰ ਇਹਨੂੰ ਰਿਜੈਕਟ ਕਰਨਾ ਪੈਣਾ। ਜਿਹੜੀ ਗਾਂਧੀ ਅਤੇ ਨਹਿਰੂ ਦੀ ਡਿਬੇਟ ਸੀ, ਆਪਾਂ ਗੱਲ ਕਰ ਰਹੇ ਸੀ ਇੱਕ ਦਿਨ,
गांधी ने कहा कि सैल्फ सफिशेंट विलेज बना दो, इंग्लैंड एक छोटा जहा टापू है, इंडस्ट्रियलाइजेशन के नाल उत्थे भी बेरोजगारी है क्योंकि नौकरी मिल ही नहीं सकती, मशीन ने तो नौकरियां घटाउनियां ने, असीं मशीनीकरण करन वल जा रहे हैं। देखो ना दूजी चीज किसानी जिहड़ी सी खेती जिहड़ी सी जिहनूं पहलां पहलां जिथों शुरू हुई है एग्रीकल्चर सबसिस्टेंस एग्रीकल्चर, वह जिंदगी नूं मतलब पालनहार सी उहदी। जिहड़ा गुरबाणी च बाबे नानक होरां ने लिखिया ना गुरबाणी च कि लिखिया होया कि उत्तम खेती मध्यम व्यापार नखिध चाकरी पीख मरदार, जिहड़ी हरियाली बनाई उन्होंने कित्यां दी कि सब तों खेती सब तों उत्तम किता है, वह आह खेती नहीं सी, जहर छिड़कण वाली खेती की गल नहीं, वह है वह जिहड़ी किरत आधारित खेती सी, भाईचारा आधारित सी, जिहड़ा करतारपुर दे विच जाके बाबे नानक ने पिंड वसाया ते आप हल वाया, वह इसी कि तुसीं किरत करोगे भाई तो शरीर ठीक रहूगा। असीं हुण धंधा कर रहे हां खेती नहीं रही, नाम जपोंगे तो मन ठीक रहूगा, आ तीन तीन ही गल्लां ने सिक्खी दियां, बाकी तां जो मर्जी टांके वजाई जाइए। डॉक्टर साहब इहदा इक अगला पार्ट भी हैगा, आपां आउण वाले दिनां दे विच डिस्कस करांगे। ਇਹ ਹੁਣ ਜਿਹੜੇ ਕਿਸਾਨ ਨੇ ਉਹ ਵੀ ਡਿਜੀਟਲ ਹੋ ਗਏ, ਆਰਟੀਫਿਸ਼ਲ ਇੰਟੈਲੀਜੈਂਸ ਆਉਣ ਦੇ ਨਾਲ ਜਿਹੜੀ ਹੁਣ ਕਿਸਾਨੀ ਹੈ ਉਹ ਕਿਸਾਨੀ ਹੁਣ ਵੱਡੇ ਪੱਧਰ ਉੱਤੇ ਨਿਕਲ ਕੇ ਸਾਹਮਣੇ ਆਊਗੀ। ਉਹ ਤਾਂ ਕਹਿੰਦੇ ਨੇ ਕਿ ਤੁਸੀਂ ਐਂ ਕਰੋ ਜੇਕਰ ਤੁਹਾਡੇ ਕੋਲ ਨਹੀਂ ਖੇਤੀ ਹੁੰਦੀ ਹੈਗੀ ਤਾਂ ਤੁਸੀਂ ਜ਼ਮੀਨਾਂ ਸਾਨੂੰ ਛੱਡ ਦਿਓ, ਅਸੀਂ ਕਲਸਟਰ ਬਣਾ ਲਾਂਗੇ 10-10 ਹਜ਼ਾਰ ਏਕੜ ਦੇ, ਉੱਥੇ ਸਾਡੇ ਫਿਰ ਰੋਬੋਟ ਖੇਤੀ ਕਰਿਆ ਕਰਨਗੇ, ਸਾਡੇ ਜਿਹੜੀ ਆਧੁਨਿਕ ਮਸ਼ੀਨਾਂ ਨੇ ਉਹ ਖੇਤੀ ਕਰਿਆ ਕਰਨਗੀਆਂ। ਸੋ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਐਂਟਰੀ ਹੈ ਐਗਰੀਕਲਚਰ ਦੇ ਵਿੱਚ, ਇਹ ਵੀ ਆਪਾਂ ਤਾਂ ਦੂਜਾ ਪਾਰਟ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਡਿਸਕਸ ਕਰਾਂਗੇ ਡਾਕਟਰ ਸਾਹਿਬ ਇਹਦੇ ਤੇ। ਦੇਖੋ ਜਿਹੜੀ ਮੈਕਨਾਈਜੇਸ਼ਨ ਹੈ ਜਾਂ ਜਿਹੜੀ ਇੰਡਸਟਰੀਲਾਈਜੇਸ਼ਨ ਹੈ ਖੇਤੀ ਦੀ, ਇਜ਼ਰਾਈਲ ਸਭ ਤੋਂ ਜ਼ਿਆਦਾ ਹੈ, ਸਾਡੇ ਕੋਈ ਗੌਰਮੈਂਟ ਬਣੇ ਪੰਜਾਬ ਦੇ ਵੀ ਇਜ਼ਰਾਈਲ ਨੂੰ ਭੱਜਦੇ ਨੇ ਪਹਿਲਾਂ ਡ੍ਰਿਪ ਇਰੀਗੇਸ਼ਨ ਫਲਾਣਾ ਟੀਂਗ ਜੇ ਉਹ, ਇਹ ਕੁਦਰਤ ਦੀ ਅੰਨੀ ਐਕਸਪਲਾਈਟੇਸ਼ਨ 'ਤੇ ਬੇਸਡ ਹੈ। ਇਹ ਕੁਦਰਤ ਨੂੰ ਜਿਉਂਦੀ ਜਾਗਦੀ ਚੀਜ਼ ਨਹੀਂ ਸਮਝਣਾ, ਇਹ ਸਮਝਣਾ ਹੈ ਕਿ ਉੱਥੇ ਇਹ ਢੇਰ ਹੈ, ਮਟੀਰੀਅਲ ਹੈ, ਇਹ ਇਹਨੂੰ ਜਿੰਨਾ ਮਰਜ਼ੀ ਵਰਤ ਲਓ ਇਹਨੇ ਮੁੱਕਣਾ ਵੀ ਨਹੀਂ ਹੈ। ਇਹ ਵੈਸਟ ਦੇ ਵਿੱਚ ਹੀ ਮੀਟੋਸ ਦਾ ਥੀਸਿਸ ਕਹਿੰਦੇ ਨੇ ਉਹਨੂੰ, ਉਹਨਾਂ ਨੇ ਲਿਖਿਆ ਸੀ ਲਿਮਿਟਸ ਟੂ ਗਰੋਥ, ਉਹਨੇ ਕਿਹਾ ਭਾਈ ਲਿਮਿਟਡ ਧਰਤੀ ਹੈ, ਲਿਮਿਟਡ ਪਾਣੀ ਹੈ, ਕੁਦਰਤ ਦੀਆਂ ਵੀ ਲਿਮੀਟੇਸ਼ਨਸ ਨੇ, ਤੁਹਾਡੀ ਉਹ ਜਿਹੜੀ ਅੰਨੀ ਭੁੱਖ ਹੈ ਜਿਵੇਂ ਗਾਂਧੀ ਨੇ ਕਿਹਾ ਸੀ ਕਿ ਦੇਰ ਇਜ਼ ਇਨਫ ਫਾਰ ਯੂ ਟੂ ਸੈਟਿਸਫਾਈ ਯੂਅਰ ਨੀਡ ਬਟ ਨੋਟ ਗਰੀਡ, ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤ ਕੋਲ ਸਾਰਾ ਕੁਛ ਹੈਗਾ, ਪਰ ਤੁਹਾਡਾ ਲਾਲਚ ਨਹੀਂ ਕੁਦਰਤ ਪੂਰਾ ਕਰ ਸਕਦੀ। ਇਹ ਸਾਡਾ ਲਾਲਚ ਆਧਾਰਿਤ ਮਾਡਲ ਹੈ। ਅਸੀਂ ਖੇਤੀ ਦੇ ਵਿੱਚ ਤਿੰਨ ਤਿੰਨ ਫਸਲਾਂ ਚਾਰ ਚਾਰ ਫਸਲਾਂ ਕੱਢ ਰਹੇ ਹਾਂ ਅਸੀਂ, ਤੁਸੀਂ ਦੇਖੋ ਨਾ। ਫਿਰ ਕਹਿੰਦੇ ਜੀ ਸਹਾਇਕ ਕਿੱਤੇ ਬਣਾ ਲਓ, ਮੱਖੀਆਂ ਰੱਖ ਲਈਆਂ, ਮੱਖੀਆਂ ਨੂੰ ਅਸੀਂ ਮਤਲਬ ਚੀਨੀ ਪਾ ਪਾ ਕੇ ਸ਼ਹਿਦ ਬਣਾ ਰਹੇ ਹਾਂ, ਉਹ ਜੰਮ ਜਾਂਦਾ ਹੈ। ਮੱਝਾਂ ਨੂੰ ਅਸੀਂ ਜਿਹੜੀ ਫੀਡ ਪਾ ਰਹੇ ਹਾਂ ਸਾਨੂੰ ਪਤਾ ਵੀ ਉਹ ਕੀ ਹੈ, ਟੀਕੇ ਲਾ ਰਹੇ ਹਾਂ ਅਸੀਂ, ਕੱਦੂ ਨੇ ਜਿਹੜੇ ਟੀਕੇ ਲਾ ਲਾ ਅਸੀਂ ਬਣਾ ਰਹੇ ਹਾਂ। ਜਿਹੜਾ ਇਹ ਜ਼ੁਲਮ ਹੈ ਨੇਚਰ ਦੇ ਉੱਪਰ ਅਸੀਂ ਭੁਗਤ ਰਹੇ ਹਾਂ, ਅੱਧਾ ਪੰਜਾਬ ਕੈਂਸਰ ਦਾ ਪੇਸ਼ੈਂਟ ਹੈ, ਰਹਿੰਦਾ ਖੂੰਹਦ ਦੀ ਜਿਹੜੀ ਯੂਥ ਹੈ ਉਹ ਨਸ਼ਿਆਂ ਦਾ ਸ਼ਿਕਾਰ ਹੈ। ਇਹ ਸਿੱਟੇ ਸਾਡੇ ਸਾਹਮਣੇ ਨੇ, ਇਹ ਇਸੇ ਚੀਜ਼ ਦੇ ਸਿੱਟੇ ਨੇ, ਇਹ ਹੋਰੋਂ ਨਹੀਂ ਕਿਤੋਂ ਆਏ। ਸਾਡੀ ਜਿਹੜੀ ਬੁੱਧੀ ਭ੍ਰਸ਼ਟ ਹੋਈ ਉਹ ਇਸ ਕਰਕੇ ਹੀ ਹੋਈ ਹੈ। ਸੋ ਇਸ ਕਰਕੇ ਜਿਹੜਾ ਸਸਟੇਨੇਬਲ ਮਾਡਲ ਹੈ ਐਗਰੀਕਲਚਰ ਦਾ ਸਾਨੂੰ ਉਹ ਅਡੋਪਟ ਕਰਨਾ ਪਊਗਾ। ਉਹ ਤਾਂ ਹੋਊਗਾ, ਪਹਿਲੀ ਗੱਲ ਜੇ ਅਸੀਂ ਲੋੜਾਂ ਘਟਾਵਾਂਗੇ, ਦੂਜੀ ਗੱਲ ਜੇ ਅਸੀਂ ਔਰਗੈਨਿਕ ਖੇਤੀ ਕਰਾਂਗੇ, ਤੀਜੀ ਗੱਲ ਜੇ ਭਾਈਚਾਰੇ ਦੇ ਆਧਾਰਿਤ ਹੋਊਗੀ। ਇੱਕ ਪਿੰਡ ਦੇ 500 ਏਕੜ ਜ਼ਮੀਨ ਹੈ, 20 ਟਰੈਕਟਰ ਨੇ, ਮੈਨੂੰ ਦੱਸੋ ਉਹ ਕਿਵੇਂ ਸਸਟੇਨੇਬਲ ਹੈ। ਇੰਨੀ ਕੁ ਜ਼ਰੂਰਤ ਹੈ ਪਿੰਡ ਨੂੰ ਯੂਨਿਟ ਬਣਾ ਕੇ, ਜੇ ਅਸੀਂ ਆਪਣੇ ਕੋਪਰੇਟਿਵ ਬੇਸਿਸ ਦੇ ਉੱਪਰ ਕਰੀਏ, ਮੇਰਾ ਖਿਆਲ ਹੈ ਵੀ ਅਸੀਂ ਸਾਰੀ ਦੁਨੀਆ ਨੂੰ ਮਾਡਲ ਦੇ ਸਕਦੇ ਹਾਂ, ਕੋਈ ਉਹ 'ਚ ਮੁਸ਼ਕਲ ਨਹੀਂ ਹੈ। ਪਰ ਇਹ ਲੜਾਈ ਨਾਲ ਹੋਣਾ, ਇਹ ਗੌਰਮੈਂਟ ਨੂੰ ਡਰਾ ਕੇ ਕਿ ਅਸੀਂ ਆਹ ਲਾਉਣ ਲੱਗੇ ਹਾਂ ਅੱਗ ਤੁਸੀਂ ਆ ਜਾਓ, ਇਹ ਤਾਂ ਨਹੀਂ ਹੋਣਾ ਇਹ, ਜਾਂ ਗੌਰਮੈਂਟ ਪੁਲਿਸ ਭੇਜ ਕੇ ਗਏ ਲਾ ਕੇ ਦਿਖਾਓ ਅਸੀਂ ਕੇਸ, ਤਾਂ ਇਹ ਤਾਂ ਨਹੀਂ ਹੋ ਸਕਦਾ, ਇਹ ਇੰਪੋਸੀਬਲ ਰਸਤਾ ਹੈ। ਇਹ ਤਾਂ ਸਾਰਿਆਂ ਨੂੰ ਆਪੋ ਆਪਣੇ ਈਗੋ ਛੱਡ ਕੇ, ਆਪਣੀਆਂ ਲੋੜਾਂ ਘਟਾ ਕੇ, ਇਹ ਮੰਨ ਕੇ ਕਿ ਅਸੀਂ ਆਪਣੇ ਘਰ ਨੂੰ ਖੁਦ ਹੀ ਅੱਗ ਲਾ ਲਈ ਹੈ, ਇਹਨੂੰ ਹੁਣ ਰਲ ਕੇ ਬੁਝਾਈਏ, ਇਹ ਤਾਂ ਹੋ ਸਕਦਾ। ਬਿਲਕੁਲ, ਟਰੈਕਟਰ ਤਾਂ ਡਾਕਟਰ ਸਾਹਿਬ ਖੇਤੀ ਲਈ ਨਹੀਂ ਹੈਗੇ, ਉਹ ਤਾਂ ਦਿਖਾਉਣ ਦੇ ਲਈ ਨੇ। ਟਰੈਕਟਰਾਂ ਦਾ ਕਿਹੜਾ ਕੰਮ ਹੈ ਹੁਣ ਖੇਤੀ 'ਚ, ਸਾਲ 'ਚ 4 ਦਿਨ ਟਰੈਕਟਰ ਚੱਲਦੇ ਨੇ ਤੇ ਉਹ ਤਾਂ ਇੱਕ ਸਟੇਟ 'ਚ ਸਿੰਬਲ ਬਣ ਗਿਆ, ਮਸ਼ੀਨਰੀ ਵੀ ਮਾਰਕੀਟ 'ਚ ਆਤਾ ਵੀ ਟਰੈਕਟਰ ਤੇ ਬੈਠਾ ਹੀ ਕਿਸਾਨ ਅਸਲੀ ਕਿਸਾਨ ਹੁੰਦਾ। ਐਡ ਆਉਂਦੀ ਸੀ ਉਹ ਮਾਰਕੀਟ ਸਾਨੂੰ ਵੇਚਿਆ ਉਹ ਸਾਰਾ ਕੁਛ ਵੀ, ਤੁਸੀਂ ਘੈਂਟ ਤਾਂ ਲੱਗਦੇ ਹੋ ਜੇ ਤੁਸੀਂ ਏਦਾਂ ਦੇ ਕੱਪੜੇ ਏਦਾਂ ਦਾ ਖਾਣਾ ਖਾਓ, ਆਹ ਤੁਹਾਡਾ ਸਟਾਈਲ ਹੋਵੇ, ਅਸੀਂ ਮੰਨ ਲਿਆ। ਪਰ ਚੀਜ਼ ਨਾਲ ਵੀ ਜੋੜਤੀ, ਇੱਕ ਕਿਸਾਨ ਦੇ ਲਈ ਜਿੰਨੀ ਅਹਿਮੀਅਤ ਇੱਕ ਜ਼ਮੀਨ ਦੀ ਹੈ ਕਿ ਇੱਕ ਕਿਸਾਨ ਉਦੋਂ ਹੀ ਇੱਕ ਜ਼ਿਮੀਦਾਰ ਖਵਾ ਪਾ ਜਾਂ ਕਿਸਾਨ ਖੇਤੀ ਵਾਲਾ ਖਵਾ ਪਾਊਗਾ ਜੇਕਰ ਉਹਦੇ ਕੋਲ ਜ਼ਮੀਨ ਹੋਊਗੀ, ਭਾਵੇਂ ਛੋਟੀ ਹੋਵੇ ਜਾਂ ਜੋਤ ਉਹ ਵੱਡੀ ਹੋਵੇ।
ਹੁਣ ਇੱਕ ਚੀਜ਼ ਨਾਲ ਵੀ ਹੈ ਕਿ ਕਿਸਾਨ ਉਹ ਤਾਂ ਹੈ ਜਿਹਦੇ ਕੋਲ ਟਰੈਕਟਰ ਹੈ ਤੇ ਟਰੈਕਟਰ ਵੀ ਵੱਡਾ, ਜ਼ਮੀਨ ਜਿੰਨੀ ਹੈ ਵੀ ਤਾਂ ਦੇ ਦਿੱਤੀ, ਯਾਨੀ ਕਿ ਮਸ਼ੀਨਰੀ ਨੂੰ ਵੀ ਲੋਹੇ ਨੂੰ ਵੀ। ਬਿਲਕੁਲ ਵੀ ਤੁਸੀਂ ਹੋਰ ਦੇਖਿਓ ਘਰਾਂ ਦੇ ਵਿੱਚ, ਆਪਾਂ ਕਈ ਵਾਰ ਬਾਕੀ ਦੁਨੀਆਂ ਨੂੰ ਤਾਂ ਪਤਾ ਨਹੀਂ, ਆਪਾਂ ਤਾਂ ਇਹਨਾਂ ਘਰਾਂ ਨੂੰ ਕਿਸਾਨੀ ਘਰਾਂ ਨੂੰ ਬਿਲੋਂਗ ਕਰਦੇ ਹਾਂ, ਖੇਤੀ ਕਰਦੇ ਹਾਂ, ਇੱਕ ਘਰ 'ਚ ਕੰਮ ਕਰਨ ਵਾਲੇ ਕਿੰਨੇ ਬੰਦੇ ਹੁੰਦੇ ਨੇ ਮੈਨੂੰ ਦੱਸਿਓ ਤੁਸੀਂ? ਜਿਹੜਾ ਕੰਮ ਕਰਨ ਵਾਲਾ ਉਹ ਤਾਂ ਵਿਚਾਰਾ ਸਭ ਤੋਂ ਥੱਲੇ ਲਾਇਆ ਹੁੰਦਾ। ਬਿਲਕੁਲ, ਲਾਣੇਦਾਰੀ ਜਿਹੜਾ ਵਿਹਲੜ ਹੈ ਉਹਦੇ ਕੋਲ ਹੁੰਦੀ ਹੈ ਅਕਸਰ, ਜਿਹੜਾ ਮਾੜੀ ਮੋਟੀ ਸਰਪੰਚੀ 'ਚ ਪੈਰ ਧਰਦਾ ਹੋਵੇ, ਮਾੜਾ ਮੋਟਾ ਕਿਸੇ ਪਾਰਟੀ ਕੋਲ ਆਉਂਦਾ ਜਾਂਦਾ ਹੋਵੇ, ਕੱਛ ਦੇ ਵਿੱਚ ਅਖਬਾਰ ਗੋਲ ਕਰਕੇ ਫੜ ਲੈਂਦਾ। ਹੁਣ ਅੱਜ ਕੱਲ੍ਹ ਤਾਂ ਮੋਬਾਈਲ ਆ ਗਿਆ, ਕੈਪੀਬਲ, ਉਸਨੂੰ ਯੋਗ ਸਮਝਿਆ ਜਾਂਦਾ ਕਿ ਹਵਾ ਤਾਂ ਯੋਗ ਹੈ ਸਾਡੇ 'ਚ। ਹਾਂ, ਮਤਲਬ ਸਾਨੂੰ ਇਹ ਚੀਜ਼ ਛੱਡਣੀ ਪਊਗੀ, ਸਾਨੂੰ ਥੋੜ੍ਹਾ ਜਿਹਾ ਮਤਲਬ ਸਧਾਰਨ ਆਦਤਾਂ ਬਣਾਉਣੀ, ਸਾਦਗੀ ਅਡੋਪਟ ਕਰਨੀ ਪਊਗੀ। ਉਹ ਸਾਦਗੀ ਦੇ ਵਿੱਚੋਂ ਅਸੀਂ ਵੱਡੇ ਹੋ ਸਕਦੇ ਹਾਂ, ਦੂਜੇ ਦੇ ਮਗਰ ਲੱਗ ਕੇ ਅਸੀਂ ਅੰਗਰੇਜ਼ ਬਣਨ ਦੇ ਚੱਕਰ ਦੇ ਵਿੱਚ ਤਾਂ ਅਸੀਂ ਸੈਕੰਡਰੀ ਹੋਈ ਹੋਵਾਂਗੇ। ਮੈਂ ਹੱਸਦਾ ਹੁੰਦਾ ਆਪਣੇ ਬੱਚਿਆਂ ਨੂੰ, ਮੈਂ ਪੜ੍ਹਾਉਂਦਾ ਸੀ ਕਿ ਅਸੀਂ ਜਦੋਂ ਜਿੱਡੇ ਮਰਜ਼ੀ ਅੰਗਰੇਜ਼ ਬਣ ਗਏ, ਅਸੀਂ ਸੈਕਿੰਡ ਰੇਟ ਅੰਗਰੇਜ਼ ਹੋਵਾਂਗੇ। ਜੇ ਅੰਗਰੇਜ਼ ਪੰਜਾਬੀ ਬਣਨ ਦੀ ਕੋਸ਼ਿਸ਼ ਕਰੋ, ਉਹ ਸੈਕਿੰਡ ਰੇਟ ਪੰਜਾਬੀ ਹੋਊਗਾ। ਸਾਨੂੰ ਜੋ ਕੁਛ ਬਣਾਇਆ ਅਸੀਂ ਉਹਨੂੰ ਮੰਨ ਲਈਏ, ਉਹਨੂੰ ਹੀ ਠੀਕ ਤਰ੍ਹਾਂ ਨਾਲ ਅਸੀਂ ਚਲਾ ਲਈਏ ਤਾਂ ਬਹੁਤ ਅੱਛੀ ਗੱਲ ਹੈ। ਸਾਡੀ ਬੜਾ ਵੱਡਾ ਵਿਰਸਾ ਹੈ, ਵੱਡੀ ਵੱਡੀ ਹਿਸਟਰੀ ਹੈ, ਪੰਜਾਬ ਦਾ ਕਿਸਾਨ ਹੈ ਜਿਹੜਾ ਦੁਨੀਆਂ 'ਚ ਨੰਬਰ ਵਨ ਹੈ, ਪਰ ਆਹ ਕੰਮ ਕਰਕੇ ਨਹੀਂ ਉਹ ਨੰਬਰ ਵਨ ਰਹੂ। ਜਿਵੇਂ ਕੱਪੜਿਆਂ 'ਚ ਹੁੰਦਾ ਕਿ ਆ ਫਲਾਣੇ ਬ੍ਰਾਂਡ ਦੀ ਫਸਟ ਕਾਪੀ ਹੈ, ਉਹਦਾ ਫਸਟ ਅੰਗਰੇਜ਼ ਹੋ ਜਾਵਾਂਗੇ ਫਸਟ ਕਾਪੀ। ਜੀ, ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਹ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਸਰੋਤਿਆਂ ਦਾ ਵੀ ਸ਼ੁਕਰੀਆ। ਜੀ, ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ। ਡਾਕਟਰ ਸਾਹਿਬ ਤੋਂ ਅੱਜ ਅਸੀਂ ਜਿਹੜਾ ਇੱਕ ਅਹਿਮ ਵਿਸ਼ਾ ਸੀ ਕਿ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਾਉਂਦਾ, ਉਹਦੇ ਨਾਲ ਵਾਤਾਵਰਨ ਜਿਹੜਾ ਹੈਗਾ ਪੋਲਿਊਟ ਹੁੰਦਾ, ਖਰਾਬ ਹੁੰਦਾ, ਸਰਕਾਰਾਂ ਇਹਦੇ 'ਚ ਕੀ ਕਰਨ, ਕਿਸਾਨ ਕੀ ਕਰਨ, ਕਿਉਂਕਿ ਆਮ ਗੱਲਾਂ ਤੋਂ ਉੱਪਰ ਉੱਠ ਕੇ ਸਾਨੂੰ ਜਿਹੜੀ ਸਮੱਸਿਆ ਹੈਗੀ ਹੈ, ਸਮੱਸਿਆ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਿਸੇ ਬਿਮਾਰੀ ਦਾ ਉਦੋਂ ਹੀ ਇਲਾਜ ਸੰਭਵ ਹੈ ਜੇਕਰ ਸਾਡੇ ਕੋਲ ਉਹਦੀ ਕੋਈ ਹਿਸਟਰੀ ਹੈਗੀ ਹੈ ਕਿ ਆਹ ਸਮੱਸਿਆ ਪੈਦਾ ਕਿਉਂ ਹੋਈ। ਡਾਕਟਰ ਸਾਹਿਬ ਨੇ ਬਹੁਤ ਕੁਛ ਨਵਾਂ ਦੱਸਿਆ ਕਿ ਅਸੀਂ ਜਿਹੜੀ ਸਾਡੀ ਡਿਮਾਂਡ ਹੈ ਇਹ MSP ਨੂੰ ਕਾਨੂੰਨ ਬਣਾ ਦਿਓ, ਉਹੀ ਡਿਮਾਂਡ ਸਾਡੇ ਸੰਕਟ ਦਾ ਵੱਡਾ ਘਰ ਹੈ। ਸੋ ਸਾਨੂੰ ਜਿਵੇਂ ਡਾਕਟਰ ਸਾਹਿਬ ਦੱਸਿਆ ਕਿ ਆਊਟ ਆਫ ਬਾਕਸ ਜਾ ਕੇ ਸਾਨੂੰ ਸੋਚਣ ਦੀ ਲੋੜ ਹੈ, ਜਿਹੜਾ ਦਾਇਰਾ ਸਾਨੂੰ ਦਿੱਤਾ ਗਿਆ ਜਾਂ ਜਿਹੜੀ ਸੋਚ ਸਾਨੂੰ ਦਿੱਤੀ ਗਈ ਹੈ ਉਸ ਸੋਚ ਤੋਂ ਬਾਹਰ ਨਿਕਲ ਕੇ ਵੀ ਸੋਚਣ ਦੀ ਲੋੜ ਹੈ ਕਿ ਸਾਡੇ ਲਈ ਫਾਇਦੇਮੰਦ ਕੀ ਹੈ, ਸਾਡੇ ਲਈ ਨੁਕਸਾਨੇ ਕੀ ਹੈ। ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਕਿ ਆਪਾਂ ਜਦੋਂ ਬਜ਼ੁਰਗ ਖੇਤੀ ਕਰਦੇ ਸੀ, ਬੇਸ਼ੱਕ ਉਹਨਾਂ ਕੋਲ ਜ਼ਮੀਨਾਂ ਵੀ ਹੁੰਦੀਆਂ ਸੀ ਤੇ ਫਸਲ ਥੋੜੀ ਹੁੰਦੀ ਸੀ, ਬਥੇਰੀ ਜ਼ਮੀਨ ਬੰਜਰ ਰਹਿ ਜਾਂਦੀ ਸੀ, ਪਾਣੀ ਦਾ ਸਿੰਚਾਈ ਦਾ ਕੋਈ ਸਾਧਨ ਨਹੀਂ ਸੀ। ਪਰ ਅੱਜ ਵੱਡੇ ਪੱਧਰ ਉੱਤੇ ਮਸ਼ੀਨਰੀ ਵੀ ਹੈਗੀ ਹੈ, ਵੱਡੇ ਪੱਧਰ ਉੱਤੇ ਜ਼ਮੀਨਾਂ ਵੀ ਹੈਗੀਆਂ ਨੇ, ਇੱਕ ਜੋਤ ਵੀ ਵਿਹਲੀ ਨਹੀਂ ਰਹਿੰਦੀ। ਡਾਕਟਰ ਸਾਹਿਬ ਨੇ ਦੱਸਿਆ ਕਿ ਚਾਰ ਚਾਰ ਫਸਲਾਂ ਕੱਢਦੇ ਹਾਂ, ਪਰ ਫਿਰ ਵੀ ਜਿਹੜਾ ਹੈਗਾ ਅਸੀਂ ਲਗਾਤਾਰ ਫਾਹੇ ਚੱਕੀ ਫਿਰਦੇ ਹਾਂ ਕਿ ਕਦੋਂ ਅਸੀਂ ਆਪਣੇ ਗਲ ਦੇ ਵਿੱਚ ਪਾ ਲਈਏ ਤੇ ਅਗਲੇ ਦਿਨ ਅਖਬਾਰ ਦੀ ਸ਼ਾਨ ਬਣ ਜਾਈਏ। ਸੋ ਤੁਸੀਂ ਕੀ ਸੋਚਦੇ ਹੋ ਇਹਨਾਂ ਗੱਲਾਂ ਬਾਤਾਂ ਬਾਰੇ ਜਿਹੜੀ ਕੀਤੀਆਂ ਡਾਕਟਰ ਸਾਹਿਬ ਦੇ ਨਾਲ? ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਧੰਨਵਾਦ।